ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਸ਼ਰਨਦੀਪ ਸਿੰਘ ਜੀ, ਮੇਰੀ ਰਾਹੋਂ ਰੋਡ ਰਹਿੰਦਾ ਜੀ, ਮੇਰੀ 18 ਸਾਲ ਏਜ ਹਲੇ। ਹਾਂਜੀ ਸਰ, ਵਰਲਡ ਰਿਕਾਰਡ ਪਹਿਲਾਂ ਮੈਂ ਪਿਛਲੇ ਸਾਲ ਬਣਾਇਆ, ਏਸ਼ੀਆ ਰਿਕਾਰਡ ਬਣਾਇਆ ਸੀ। ਉਦੋਂ ਮੈਂ 25 ਟਨ ਦਾ ਟਰੱਕ ਖਿੱਚਿਆ ਸੀਗਾ ਫਾਇਰ ਬ੍ਰਿਗੇਡ ਵਾਲੇ ਦਾ। ਇਸ ਸਾਲ ਜੋ ਟਰੱਕ ਹੈ, ਇਹ ਆਪਾਂ ਡਬਲ ਕੀਤਾ ਵਜ਼ਨ, ਆਪਾਂ 40 ਟਨ ਤੋਂ ਉੱਪਰ ਗਏ ਹਾਂ ਇਸ ਵਾਰੀ ਸਿੱਧਾ। ਅਤੇ 18 ਸਾਲ ਦੀ ਏਜ 'ਚ ਤੁਸੀਂ ਗੂਗਲ ਦੇ ਵਿੱਚ ਚੈੱਕ ਕਰ ਸਕਦੇ ਹੋ, ਜੇ ਤੁਹਾਨੂੰ ਕੋਈ ਮਿਲਿਆ ਤਾਂ ਦੱਸਿਓ। 40 ਟਨ ਤਾਂ ਅੱਜ ਤੱਕ ਕਿਸੇ ਨੇ ਨਹੀਂ ਖਿੱਚਿਆ ਟਰੱਕ 18 ਸਾਲ ਦੀ ਏਜ 'ਚ। ਇਹ ਕੰਮ ਪੂਰਾ ਕਰਨ ਲਈ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਸਾਡੇ ਭਰਾਵਾਂ ਵਰਗੇ ਵੀਰ ਨਾਲ ਖੜੇ ਨੇ। ਜੋ ਬੋਲੇ ਸੋਹਣੇ ਹੋ ਮੈਂ ਸਰ, ਜਦੋਂ ਛੋਟਾ ਹੁੰਦਾ ਸੀ 14 ਸਾਲ ਦੀ ਏਜ 'ਚ, ਉਦੋਂ ਮੈਂ ਬਾਈਕਾਂ ਚੱਕਣੀਆਂ ਸ਼ੁਰੂ ਕੀਤੀਆਂ ਸੀਗੀਆਂ। ਘਰੇ ਸ਼ੌਂਕ ਹੁੰਦਾ ਸੀਗਾ ਵੇਟ ਚੱਕਣ ਦਾ, ਜੇ ਮੈਂ ਜਾਣ ਨਹੀਂ ਦਿੰਦੇ ਸੀ ਕਰਦੇ ਉਦੋਂ, ਕਿਉਂਕਿ ਏਜ ਛੋਟੀ ਸੀ। ਫਿਰ ਮੈਂ ਘਰੇ ਹੀ ਬਾਈਕ ਚੱਕਣੀ ਸ਼ੁਰੂ ਕਰਤੀ, ਬਾਈਕ ਤੋਂ ਗੱਡੀ 'ਤੇ, ਗੱਡੀ ਤੋਂ ਗੱਡੀ ਖਿੱਚਣੀ ਸ਼ੁਰੂ ਕੀਤੀ। ਮੇਰੇ ਕੋਚ ਸਰ ਹੁੰਦੇ ਸੀ, ਬੰਗਾਲ ਚਲ ਗਏ, ਉਹਨੂੰ ਪੰਜਾ ਖੇਡਦਾ ਸੀ ਮੈਂ ਨੈਸ਼ਨਲ, ਹਾਲੇ ਵੀ ਖੇਡਦਾ। ਉਹਨਾਂ ਨੇ ਮੈਨੂੰ ਮਤਲਬ ਕਿਹਾ ਸੀਗਾ ਕਿ ਇਹਦੇ ਕਰੋ ਅਤੇ ਪੰਜੇ ਵਾਸਤੇ ਵਧੀਆ ਹੁੰਦਾ। ਉਹਨਾਂ ਨੇ ਚਲੋ ਰਾਹੇ ਪਾ ਦਿੱਤਾ, ਪਤਾ ਨਹੀਂ ਕੀ ਕੀਤਾ, ਮੇਰੇ ਵਾਸਤੇ ਬਹੁਤ ਵਧੀਆ ਹੋਇਆ। ਗੱਡੀ ਤੋਂ ਫਿਰ ਮੈਂ ਸਿੱਧਾ ਟਰੱਕ 'ਤੇ, ਬੱਸ 'ਤੇ। ਪਹਿਲਾਂ ਬੱਸ ਮਤਲਬ 12 ਟਨ ਦੀ, 13 ਟਨ ਦੀ ਸਕੂਲ ਬੱਸ ਹੁੰਦੀ ਸੀ, ਉਹਨੂੰ ਇੱਕ ਵਾਰੀ ਖਿੱਚਿਆ ਸੀ ਪਹਿਲਾਂ, ਵਧੀਆ ਲੱਗਾ। ਫਿਰ ਮੈਂ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ, ਉੱਤੇ 50 ਵਾਰੀ ਖਿੱਚਦਾ ਸੀ ਉਹਨੂੰ, 55 ਵਾਰੀ, 100 ਵਾਰੀ, 12 ਟਨ ਦੀ ਬੱਸ। ਕਦੇ ਉਹਨੂੰ ਢਲਾਨ 'ਤੇ ਖੜਾ ਦੇਣਾ, ਕਦੇ ਉਹਨੂੰ ਇੱਦਾਂ ਖੜਾ ਦੇਣਾ, ਕਦੇ ਗੱਡੇ 'ਤੇ ਖੜਾ ਦੇਣਾ, ਗੱਡੇ ਤੋਂ ਸਟਾਰਟ ਲੈਣਾ।
ਇੱਦਾਂ ਉਹਦੇ ਨਾਲ ਹੀ ਪ੍ਰੈਕਟਿਸ ਕਰਦੀ ਸੀ ਕਿਉਂਕਿ ਮੇਰੇ ਕੋਲ ਵੱਡਾ ਟਰੱਕ ਹੁੰਦਾ ਨਹੀਂ ਸੀਗਾ ਕੋਈ ਜਿਹੜਾ ਇੰਨਾ ਵਜਨ ਹੋਵੇ। ਅੱਜ ਵੀ ਬਹੁਤ ਮੁਸ਼ਕਿਲਾਂ ਆਈਆਂ, ਚੌਥੇ ਚਾਰ ਪੰਜ ਅਟੈਂਪਟ ਕੀਤੇ ਨਹੀਂ ਹੋਇਆ, ਛੇਵੇਂ ਅਟੈਂਪਟ 'ਤੇ ਜਾ ਕੇ ਕੀਤੇ ਹੋਇਆ, ਥੋੜ੍ਹਾ ਘਬਰਾਹਟ ਹੋ ਗਈ ਇੰਨੇ ਲੋਕੀ ਦੇਖ ਕੇ ਪਹਿਲੀ ਵਾਰੀ ਮਤਲਬ ਹੋਇਆ ਇੱਦਾਂ, ਪਰ ਹੋ ਗਿਆ, ਰੱਬ ਨੇ ਕਰਾਇਆ ਜੋ ਕਰਾਇਆ। ਯੂਥ ਨੂੰ ਇਹੀ ਬਸ ਮੈਂ ਕਹੂੰਗਾ ਕਿ ਨਸ਼ੇ ਤੋਂ ਦੂਰ ਰਹਿ ਕੇ ਆਹ ਕੰਮ ਕਰੋ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਖੋਇਆ ਪਿਆਰ ਵਾਪਸ ਪਾਏ, ਮਨਚਾਹੀ ਸ਼ਾਦੀ, ਗ੍ਰਹਿ ਕਲੇਸ਼ ਖਤਮ ਕਰਨੇ ਕੇ ਉਪਾਏ, ਕਾਰੋਬਾਰ ਮੇ ਹਾਨੀ, ਪੀਆਰ ਵਿਦੇਸ਼ ਯਾਤਰਾ, ਲੋਟਰੀ ਨੰਬਰ, ਮੁਠਕਰਨੀ ਵਸ਼ੀਕਰਨ, ਹਰ ਸਮੱਸਿਆ ਕਾ ਸਮਾਧਾਨ, ਬਸ ਫੋਨ ਉਠਾਏ ਔਰ ਸਕਰੀਨ ਪਰ ਦਿਖਾਏ ਨੰਬਰ ਪਰ ਫੋਨ ਘੁਮਾਏ, 9815705376। ਬਾਬਾ ਅਘੋਰੀਨਾਥ।